ਕਿੰਨਾ ਟਾਈਮ ਹੋ ਗਿਆ ਬੱਸ ਵੀ ਨਹੀਂ ਆ ਰਹੀ ਉੱਤੋਂ ਪ੍ਰੀਤੀ ਹਮੇਸ਼ਾ ਤੂੰ ਲੇਟ ਕਰ ਦਿੰਦੀ ਹੈ ਟਾਈਮ ਤਾਂ ਦੇਖ ਕੀ ਹੋਇਆ ਇੱਕ ਤਾਂ ਬੁਟੀਕ ਨੇ ਥਕਾ ਕੇ ਰੱਖਿਆ ਪਿਆ ਹਲੇ ਘਰੇ ਜਾ ਕੇ ਵੀ 3-4 ਸੂਟ ਸੀਣੇ ਆ ਤੇ ਮੈਂ ਕੀ ਕਰਾਂ ਹੁਣ ਮੈਂ ਕਲਾਸ ਥੋੜੀ ਮਿਸ ਕਰ ਸਕਦੀ ਹਾਂ ਹੁਣ ਇਹਦੇ 'ਚ ਮੇਰੀ ਕੀ ਗਲਤੀ ਹੈ ਜੇ ਬੱਸ ਨਹੀਂ ਆਈ ਜਾਂਦੀ ਸਮਝਦੀ ਨਹੀਂ ਕੰਮ ਬਹੁਤ ਆ ਦੀਦੀ ਮੈਂ ਵੀ ਤਾਂ ਪੜ੍ਹਾਈ ਕਰਨੀ ਹੁੰਦੀ ਆ ਮੈਂ ਕਿਹੜਾ ਵਿਹਲੀ ਆ ਨਵੂ ਤੂੰ ਪ੍ਰੀਤੀ ਤੂੰ ਕਿਵੇਂ ਆ ਵਧੀਆ ਤੂੰ ਇੱਥੇ ਕਿਦਾਂ ਨਾਲੇ ਤੂੰ ਤਾਂ ਕਿੰਨੀ ਚੇਂਜ ਹੋ ਗਈ ਜਮਾਂ ਹੀ ਨਹੀਂ ਪਹਿਚਾਨ ਆਈ ਜਾਂਦੀ ਤੇਰੀ ਯਾ ਮੈਂ ਸਟੱਡੀ ਕਰਕੇ ਚਲ ਗਈ ਸੀ ਯੂਐਸਏ ਮੇਰਾ ਵੀਜ਼ਾ ਲੱਗ ਗਿਆ ਸੀਗਾ ਅੱਛਾ ਤੇਰੀ ਤਾਂ ਜ਼ਿੰਦਗੀ ਬਣ ਗਈ ਤੂੰ ਤਾਂ ਮਜ਼ੇ ਕਰਦੀ ਹੋਏਂਗੀ ਹਨਾ ਕਾਹਦੀ ਜ਼ਿੰਦਗੀ ਯਾਰ ਉੱਥੇ ਤਾਂ ਇੰਨਾ ਹੀ ਬਿਜ਼ੀ ਰਹਿੰਦੀ ਹੈ ਨਾ ਕੰਮ ਤੇ ਕੰਮ ਸ਼ਿਫਟਾਂ ਤੇ ਸ਼ਿਫਟਾਂ ਲੱਗਦੀਆਂ ਰਹਿੰਦੀਆਂ ਮੈਂ ਤਾਂ ਹੁਣ ਮੰਥ ਹੋਇਆ ਸੀ ਪਾਪਾ ਨਾਲ ਆਈ ਸੀ ਸ਼ੋਪਿੰਗ ਚੱਲ ਸ਼ੁਕਰ ਆ ਇੱਥੇ ਵੀ ਆ ਗਈ ਆ ਤੇ ਆ ਮੇਰੀ ਦੀਦੀ ਦੀਦੀ ਇਹ ਮੇਰੀ ਫਰੈਂਡ ਆ ਪਲੱਸ 2 ਤੱਕ ਅਸੀਂ ਇਕੱਠੇ ਪੜ੍ਹੇ ਆ ਤੇ ਹੁਣ ਆਇਲਸ ਕਰਕੇ ਫੋਰਨ ਚੱਲ ਗਈ ਆ ਵਧੀਆ ਤੁਸੀਂ ਸਾਡੇ ਘਰੇ ਜ਼ਰੂਰ ਆਇਓ ਠੀਕ ਹੈ ਜੀ ਮੈਂ ਟਾਈਮ ਕੱਢ ਕੇ ਆਉਂਗੀ ਹੁਣ ਚਲੋ ਮੇਰੇ ਪਾਪਾ ਵੇਟ ਕਰ ਰਹੇ ਆ ਠੀਕ ਹੈ ਜੀ ਓਕੇ ਦੇਖੋ ਦੀਦੀ ਮੇਰੇ ਨਾਲ ਹੀ ਪੜ੍ਹਦੀ ਹੁੰਦੀ ਸੀ ਅੱਜ ਕਿੱਥੇ ਤੱਕ ਪਹੁੰਚ ਗਈ ਆ ਮੇਰਾ ਵੀ ਜੀ ਕਰਦਾ ਫੋਰਨ ਜਾਣ ਨੂੰ ਐਦੀ ਤਾਂ ਲਾਈਫ ਹੀ ਬਣ ਗਈ ਕੋਈ ਗੱਲ ਨਹੀਂ ਤੈਨੂੰ ਵੀ ਭੇਜ ਦਾਂਗੇ ਤੂੰ ਪੜ੍ਹਾਈ ਤਾਂ ਪੂਰੀ ਕਰ ਨਹੀਂ ਤਾਂ ਤੇਰੇ ਲਈ ਬਾਹਰ ਦਾ ਮੁੰਡਾ ਹੀ ਦੇਖ ਲਾਂਗੇ ਨਾਲੇ ਮੇਰੀ ਗੱਲ ਸੁਣੋ ਬਸ ਤਾਂ ਹਲੇ ਆਈ ਨਹੀਂ ਆਪਾਂ ਸਟੂਡੀਓ ਜਾ ਕੇ ਫੋਟੋ ਕਰਵਾਉਣੇ ਆ ਪ੍ਰੀਤੀ ਲੇਟ ਕਰੇਂਗੀ ਤੂੰ ਸੱਚੀ ਜੇ ਮੈਂ ਬਾਹਰ ਚੱਲ ਗਈ ਫਿਰ ਫੋਟੋ ਵੀ ਤਾਂ ਨਾਲ ਲੈ ਕੇ ਜਾਊਂਗੀ ਨਾ ਤੂੰ ਤੇਰੀ ਇੱਕ ਤੇ ਜਿੱਦਾਂ ਨਹੀਂ ਖਤਮ ਹੋਣੀ ਚਲੋ ਨਾ ਓਹੋ ਪ੍ਰੀਤੀ ਤੂੰ ਵੀ ਨਿੱਤ ਨਵਾਂ ਪੰਗਾ ਖੜਾ ਰੱਖਦੀ ਆ ਚੱਲ ਜਲਦੀ ਕਰ ਹਾਂਜੀ ਫੋਟੋ ਕਰਵਾਣੀ ਸੀਗੀ ਅਸੀਂ ਹਾਂਜੀ ਕੋਈ ਗੱਲ ਨਹੀਂ ਕਰ ਦਿੰਨੇ ਆ ਆ ਜਾ ਕਿੰਗਾ ਚਾ ਚੜਿਆ ਪਿਆ ਤੈਨੂੰ ਦੱਸ ਓਕੇ ਰੈਡੀ ਐਦਾਂ ਚੱਕੋ ਨਾ ਮੇਰੇ ਬਣੀ ਥੋੜੀ ਸਮਾਈਲ ਓਕੇ ਇਹਦਾ ਦੇਖੋ ਓਕੇ ਹੁਣ ਤੁਸੀਂ ਮੇਰੇ ਬਣੀ ਵੇਖੋ ਓਕੇ ਹੁਣ ਮੈਂ ਕੱਲੀ ਕਰਵਾਵਾਂ ਕਰ ਲੈ ਜਲਦੀ ਕਰ ਥੋੜਾ ਜਾ ਹਾਫ ਹੀ ਕਰਨੀ ਹਾਂਜੀ ਓਕੇ ਸਮਾਈਲ ਹਾਂਜੀ ਓਕੇ ਓਕੇ ਤੁਸੀਂ ਨਹੀਂ ਕਰਵਾਵਾਂ ਅੱਜ ਕੱਲੀ ਕੋਈ ਨਹੀਂ ਬਸ ਬਹੁਤ ਹੋ ਗਈ ਹਾਂ ਨਹੀਂ ਨਹੀਂ ਆ ਸੁਣ ਨਾ ਪ੍ਰੀਤੀ ਬਸ ਆਉਣ ਵਾਲੀ ਹੈ ਚੱਲ ਇੱਕ ਮਿੰਟ ਬਸ ਜਲਦੀ ਜਲਦੀ ਕਰਵਾ ਲੈ ਜਲਦੀ ਕਰ ਦੋ ਹਾਂਜੀ ਹਾਂਜੀ ਸਮਾਈਲ ਓਕੇ ਚੱਲ ਚਲੀ ਕਦੋਂ ਤੱਕ ਦੇ ਦੂੰਗੀ ਤੁਸੀਂ ਫੋਟੋਜ਼ ਥੋੜਾ ਜਿਹਾ ਨਾ ਮੈਰਿਜ ਦਾ ਕੰਮ ਚੱਲ ਰਿਹਾ ਸੀਗਾ ਮਤਲਬ ਹਫਤੇ ਦੇ ਵਿੱਚ ਦੇ ਦੂੰਗਾ ਵੱਡੀ ਬਣਾਉਣੀ ਕਿ ਛੋਟੀਆਂ ਫੋਟੋ ਬਣਾਉਣੀਆਂ ਨੇ ਨਾਰਮਲ ਸਾਈਜ਼ ਓਕੇ ਚਲੋ ਠੀਕ ਆ ਆ ਜਾਓ ਇੱਕ ਵਾਰ ਫੱਟ ਚੱਲ ਗਈ ਹਾਂਜੀ ਹਾਂਜੀ ਸਾਨੂੰ ਫੋਟੋਜ਼ ਵਿਖਾ ਦਿਓ ਹਾਂਜੀ ਹਾਂਜੀ ਬਿਲਕੁਲ ਮੇਰੀ ਫੋਟੋ ਤਾਂ ਸੋਹਣੀ ਹੀ ਨਹੀਂ ਆਈ ਸੋਹਣੀ ਹੈ ਨਾ ਫੋਟੋ ਬਹੁਤ ਸੋਹਣੀ ਆ ਤੁਸੀਂ ਫੋਟੋ ਨਾਲੋਂ ਵੈਸੇ ਹੀ ਬਹੁਤ ਸੋਹਣੇ ਲੱਗ ਰਹੇ ਹੋ ਰੀਅਲ ਦੇ ਵਿੱਚ ਵੀ ਅੱਛਾ ਮੈਂ ਤੁਹਾਨੂੰ ਇਹ ਕਹਿੰਦਾ ਸੀ ਵੀ ਹਫਤਾ ਕਿਤਾ ਲੱਗ ਜਾਊਗਾ ਫੋਟੋਆਂ ਤੇ ਤੁਸੀਂ ਮੈਨੂੰ ਆਪਣਾ ਨੰਬਰ ਦੇ ਜਾਓ ਨੰਬਰ ਨੰਬਰ ਦੀ ਕੀ ਲੋੜ ਹੈ ਕੋਈ ਗੱਲ ਨਹੀਂ ਅਸੀਂ ਆਪੇ ਲੈ ਲਾਂਗੇ ਉਹ ਨਹੀਂ ਮੈਮ ਕੋਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਲੈ ਲੈਣੇ ਨਾ ਕਾਲ ਕਰਕੇ ਦੱਸ ਦਿਓ ਸਾਨੂੰ ਕੋਈ ਨਹੀਂ ਤੁਸੀਂ ਐਵੇਂ ਕਰੋ ਮੇਰਾ ਕਾਰਡ ਲੈ ਜਾਓ ਹਾਂਜੀ ਮੈਨੂੰ ਦਿਓ ਕੀ ਲੋੜ ਸੀ ਚਲੋ ਠੀਕ ਹੈ ਓਕੇ ਜਲਦੀ ਦੇ ਦਿਓ ਠੀਕ ਹੈ ਹਾਂਜੀ ਹਾਂਜੀ ਮੈਂ ਕਾਲ ਕਰਕੇ ਪੁੱਛੂੰਗੀ ਤਾਂ ਓਕੇ ਠੀਕ ਦੀਦੀ ਤੂੰ ਨਾ ਕੀ ਲੋੜ ਸੀ ਨੰਬਰ ਲੈਣ ਦੀ ਆ ਜਾ ਪ੍ਰੀਤੀ ਸ਼ੁਕਰ ਕਰ ਟਾਈਮ ਨਾਲ ਪਹੁੰਚ ਗਏ ਆਪਣੀਆਂ ਸਾਰੀ ਫੋਟੋਜ਼ ਕਿੰਨੀਆਂ ਸੋਹਣੀਆਂ ਹੋਈਆਂ ਨੇ ਆ ਗਏ ਮਹਾਰਾਣੀਆਂ ਹੈ ਕਿੱਥੇ ਤੁਰੇ ਫਿਰਦੇ ਹੋ ਤੁਸੀਂ ਕਦੋਂ ਦੀ ਛੁੱਟੀ ਹੋਈ ਹੈ ਕਾਲਜ ਤੋਂ ਲੈ ਫਿਰ ਕੀ ਹੋ ਗਿਆ ਆ ਤਾਂ ਗਏ ਨਾ ਜਵਾਨ ਲੜਾ ਮੇਰੇ ਨਾਲ ਚੁੱਪ ਕਰ ਮੈਂ ਤਾਂ ਜਵਾਨ ਲੜਾ ਰਹੀ ਹਾਂ ਚੁੱਪ ਕਰ ਪ੍ਰੀਤੀ ਮੈਂ ਗੱਲ ਕਰਦੀ ਆ ਨਾ ਵੀਰੇ ਅੱਜ ਬੁਟੀਕ ਬਹੁਤ ਜ਼ਿਆਦਾ ਕੰਮ ਸੀ ਅਦੇ ਘਰ ਵਾਸਤੇ ਵੀ ਕੰਮ ਜਾਣ ਦਾ ਤੁਹਾਡੇ ਕੰਮ ਹੈ ਚੁੱਪ ਕਰ ਜਾ ਤੂੰ ਵੀ ਓਏ ਮੁੰਡਿਆ ਕੀ ਬੋਲੀ ਇਹਨਾਂ ਕੁੜੀਆਂ ਤੂੰ ਮੈਂ ਕੀ ਕਹਿਣਾ ਇਹਨਾਂ ਨੂੰ ਆਪ ਹੀ ਪੁੱਛ ਲੈ ਕੋਈ ਕੰਮ ਨਹੀਂ ਕਰ ਰਹੀ ਮੈਂ ਇਕੱਲਾ ਖੇਤਾਂ 'ਚ ਮਰਦਾ ਰਹਿੰਦਾ ਐਂਈ ਆ ਕੇ ਮੇਰੇ ਨਾਲ ਕੰਮ ਕਰਾ ਦੇ ਚਾ ਕੋਈ ਨਹੀਂ ਪੁੱਤ ਇਹਦਾ ਗੁੱਸਾ ਨਾ ਕਰਿਆ ਕਰੋ ਤੁਸੀਂ ਹਾਂਜੀ ਡੈਡੀ ਅਸੀਂ ਕਿਹੜਾ ਗੁੱਸਾ ਕਰਦੇ ਆ ਸਾਡੇ ਭੱਲੇ ਲਈ ਕਹਿੰਦਾ ਕਿਉਂ ਨਹੀਂ ਕਰਦੇ ਗੁੱਸਾ ਮੈਂ ਗੁੱਸਾ ਕਰਦੀ ਆ ਨਾ ਆਨਸਰ ਬੋਲਣ ਲੱਗ ਗਿਆ ਸਾਨੂੰ ਉਹ ਪੁੱਤ ਤੇਰਾ ਭਰਾ ਆ ਚੰਗੇ ਤੁਹਾਡੇ ਚੰਗੇ ਮਾੜੇ ਵਾਸਤੇ ਉਹੀ ਸੋਚੂਗਾ ਸੋਚੂਗਾ ਸਾਨੂੰ ਵੀ ਤਾਂ ਪਤਾ ਹੈ ਨਾ ਸਾਡੇ ਚੰਗਾ ਮਾੜਾ ਕੀ ਆ ਨਾਲੇ ਅਸੀਂ ਕਿਹੜਾ ਕਿਤੇ ਨਿਕਲ ਚੱਲੀਆਂ ਸੀ ਜਿਹੜਾ ਸਾਨੂੰ ਬੋਲਣ ਲੱਗ ਗਿਆ ਪ੍ਰੀਤੀ ਚਾ ਤੂੰ ਜ਼ਿਆਦਾ ਨਾ ਬੋਲਿਆ ਕਰ ਇਹਨੂੰ ਸਮਝਾਇਆ ਕਰ ਮਾੜਾ ਟਾਈਮ ਹਾਂਜੀ ਹਾਂਜੀ ਮੈਂ ਸਮਝਾਉਂਗੀ ਪ੍ਰੀਤੀ ਤੂੰ ਚੱਲ ਮੇਰੇ ਨਾਲ ਜਾ ਚਾਹ ਤੂੰ ਬਣਾਓ ਮੇਰੇ ਵਾਸਤੇ ਹਾਂਜੀ ਹਾਂਜੀ ਤੂੰ ਵੀ ਨਾ ਦੱਸ ਹੱਦ ਕਰਦੀ ਹੈ ਯਾਰ ਕਿੰਨਾ ਸੋਹਣਾ ਮੁੰਡਾ ਸੀ ਨਾ ਕਾਰਡ ਤੇ ਨੰਬਰ ਵੀ ਹੈਗਾ ਕਾਲ ਹੀ ਕਰ ਲੈਣੀ ਆ ਨਾਲੇ ਗੱਲ ਸਟਾਰਟ ਹੋ ਜੂ ਨਹੀਂ
मैं कल जाके मिली आवांगी। बट मैसेज करके देख लेनी हूं, पर जो उन्हें मैंने गलत समझा फिर नहीं, कल ही मिलूंगी उन्हें। मैनू लगता पुत मैं ना पीको वाली चुन्नी इत्थे ही छड्ड आई आ। चुन्नी छड्डो, मेरी गल सुनो, जेड़ी मेरी फ्रेंड मिली सी ना कल, ओ कनाडा वाली, हां जी मेरा जी करदा ना मैं उन्हूं मिल के आवां, बहुत टाइम हो गया मैं मिली नहीं। तू मिलता लै पर लेट ना करी, वीरा भी घरे है नहीं, डैडी भी खेत नू गए है, उन्हां दे आन तां पहला पहला आ जी। तुसी टेंशन नहीं ना लो, बस मैं हुणी गई उन्हूं मिल के उहदी आ जाऊंगी मैं, और कितने नहीं जाती। प्लीज मेरे पुत्र ध्यान ना, टाइम ना ला जी, ठीक है? चल ठीक है, तू जा, बस लगी पई है, मैं जाती हाँ। ओके देखो वीरे, गल सीधी जी आपां जिन्ना गुड़ पावांगे ना उन्ना ही मिठा होगा। मेरी गल सुनो, प्री वेडिंग का 50-50 हज़ार रुपया भी ले जाते हैं। मैं सुनो पहले ही मतलब जायजा दस्या नहीं, नहीं पता की गल आ, हुण मान लो आपां लोकेशन ते जाने आ जां कोई मतलब गड्डिया वगैरह का होर खर्चा, बहुत खर्चे आते हैं मेरे यार, एक दो मतलब कैमरे भी रेंट पर लेने पैंते हैं अपन करके। हाँ उस तो करता नहीं होना मेरे, देख लो यार जो तुम लगता है तो दस दौ फिर मैं। हाँ हाँ ठीक है मेरे, ओके सत श्रीकाल जी। मैं तो तुम्हें हफ्ते तक कहा सी तुसी अगले दिन ही आ गए, वैसे फोटो थोड़ी हजे बनिया नहीं। मैं तो इदा कह नहीं सी कि फोटो सोनिया बना दो। तुसी टेंशन ना लो, साढ़े काम च कोई लंबा नहीं आऊगा, फोटो थोड़िया सोहनिया बनिया। वैसे तुम्हें एक गल पूछा, थोड़े नाल कौन सी जी आई सी कुड़ी? वो तो मेरी दीदी सी। अच्छा पर तुसी उन्हां बारे क्यों पूछ रहे हो? यार मैनू वधिया लगी उह, उहदियां फोटो सच्ची बहुत सोहनिया आईआं ने। अच्छा उन्हां दियां ज़्यादा सोहनिया आईआं, मैं नहीं सोहनी लगदी तुहानूं? नहीं नहीं जी वो गल नहीं हैगी, सोहनी तो तुसी भी बहुत हो, पर सच्ची गल ना कह देनी चाहीदी आ। वैसे तुहाडा नाम की आ? अच्छा तो थोड़ी और सिस्टर का की नाम है? सीता नाम है उनका। नाम सच्ची बहुत सोना उनका। मेनू लगता ना मेरी वड्डी भैन ते तुहाडा दिल आ गया। बस यही समझो, वैसे मेरी गल करवा दोगे तुसी उहदे नाल जाके? प्लीज यार कोई गल नहीं, मैं पूछूंगी उहदे तो। प्लीज करवा दियो, मैनू सच्ची बहुत सोहनी लगदी आ उह। पर मेरीयां फोटोआं जल्दी दे दियो। फोटोआं थोड़ियां तो मैं कल नूं ही बना दूंगा यार। बस रोटियां ला के हटी सी। चंगा शुक्र कर तू टाइम ना लगी, ना घरे वीरा ते ना डैडी है। बुटीक वाले दीदी 4 दिन छुट्टी ते ने, मैनू भी सुख दा साह आया, मैं आप नहीं जा रही हूं 4 दिन काम ते। अच्छा फिर मैं चलती हाँ। हाँ ध्यान नाल जाई। हाँ जी तो टाइम नाल मुड़े आई। ठीक है चल फिर हैप्पी कट दी भाई यार फोटो ही है ना। मैं कहा तू फिक्र ना कर, तू मैनू दस तेनू चाहिए कदों ने? कोई चाहिए तो मैं बाहर का लग रहा यार सिस्टम जहाँ करना। अच्छा फिर ऐ करूँ मैं ना होर भी डाटा भेजना सुना वा, तेरी फोटो अज ही भेज देना 5 बजे ले जी फट के। मैं कट दी यार भाई बन के। मैं कहा जमी फिक्र ना कर। हाँ हाँ ओके डार्लिंग। सत श्रीकाल जी। जो कहोगे ना मैं करने लई तैयार हां, दसो तुहानू की चाहिए? वैसे तो मैनू कुछ नहीं चाहिए, बस ओना मेरे कॉलेज दी फीस सीगी ते ओह वाले पैसे जिहड़े मैनू घर दे दित्ते सी ना ਉਹ ਮੈਂ ਖਰਚ ਕਰਤੇ ਤੇ ਹੁਣ ਮੇਰੇ ਕੋਲ ਪੈਸੇ ਵੀ ਨਹੀਂ ਹੈਗੇ। 5000 ਰੁਪਏ ਚਾਹੀਦਾ ਸੀ ਮੈਨੂੰ ਯਾਰ। ਇਹ ਕਿੱਡੀ ਕੁ ਗੱਲ ਆ, ਮੈਂ ਤੁਹਾਨੂੰ ਹੁਣੀ ਗੂਗਲ ਪੇ ਕਰ ਦਿੰਦਾ, ਚੱਲਦਾ ਤੁਹਾਡੇ ਨੰਬਰ 'ਤੇ? ਹਾਂਜੀ ਓਕੇ, ਮੈਂ ਤੋਂ ਕੋਡ ਸਕੈਨ ਕਰਵਾ ਲਓ।
हो गए देखियो। थैंक यू सो मच यार। थैंक यू वाली तो कोई गल नहीं, तुम बस मैं ये दसो भी आपके दीदी ना फोन पर गल कदों कराओगे मेरी। बस दीदी तो कहते कि रात में गल करूँगी। चलो ठीक है, पक्का करवा दौ। हाँ जी चलो मैं चल रही हूँ। हाँ ठीक है, बाकी थोड़ी फोटो रेडी हुई जाती ने, हो सकता अच्छ शाम तक करा जान। ठीक है चंगा। मुर्गा फसया हाथ च, हूँ नहीं खेड़ा छड़ दिया। की करी जाने हो दीदी? मैं तो कपड़े की तह लाई जाती सी। प्रीति तू लेट हो गई, कितने रह गई सी? वो सब छोड़ो, आ देखो मैं कितने सारे सूट लेके आई हूँ। इतने सारे सूट? ये कितने तू ले आई? इतने महंगे कपड़े? जी मेरी बार वाली फ्रेंड नहीं है कि उन्हें दवाए हैं मैंने। पर फिर भी प्रीत इन्ने ज़्यादा और इन्ने महंगे कपड़े, ऐदा नहीं किसी तो लेंदे यार। कुछ नहीं दीदी, उन्हें तो अपनी खुशी ना दवाया ना मैनू, एवं क्यों होंगे नाले फ्रेंड आ मेरी। पर फिर भी इन्नी की दयावान हो गई हो तेरे ते, ऐदा नहीं पुत मुड़ के सानू भी इन्ने महंगे महंगे गिफ्ट लैके देने पैने उन्हू। नहीं दीदी वो तो हम दो दिन बार चल जाएगी, फिर क्यों होया नाले लास्ट बार ही तो मिले सी। हाँ पुत्रो की गल्ला मरी जाने हो? कुछ नहीं डैडी, बस कॉलेज तो आई से है। पुत्रो चाह बनावा? चाह तो पीनूंगा पुत्रो, मैं तो यही कहने लगा भी चाह बना दो मेरे लिए, मैं ना सुना आरती ले जाके आना है। ठीक है ठीक है, बना दी चाह थोड़े दोनों लिए, बना दी है तुसी करो आराम। ठीक है ठीक है। और पुत्र पढ़ाई किवें चल रही तेरी? डैडी पढ़ाई तो वधिया चली जांदी है, ते मैं भी कहंदी सी कि कल नु कॉलेज च बुला रहे ने दोनों। मेनू? ओए पुत्र मेनू अनपढ़ बंदे नु कुछ पता नहीं, सता नहीं की करानगे की नहीं। प्रीति यार तू इन्ने दिन बाद ना तुसी शॉप ते फोटो लेने आए हो, किथे सी इन्ने दिन? ओ ना बस टाइम ही नहीं लग्या, दो दिन मेरे कॉलेज दियां छुट्टियां सीगियां ते घरों ही नहीं निकलिया गया, अज फ्री हुई सी ते अज फ्रेंड दे बर्थडे पार्टी आ। नाले यार तेरी सिस्टर ने मैनू फोन भी नहीं किया, की गल होगी गुस्से मेरे नाल? नहीं नहीं अब जी कोई गल नहीं आ, बस ओ ना मेरा भरा आया एक नशेड़ी जिहा ते उन्हां साडा फोन लै लिया। अच्छा ते फिर आपां इक कम करिए, तू चल मेरे नाल, मैं तैनू फोन दवा के लैके आना यार, मैं सच्ची तेरी भैन नाल गल करनी आ। नहीं नहीं कोई ना प्लीज यार ऐ ना कर, चल बैठ मेरे नाल आपां चलदे फोन लैके आने। प्लीज तैनू पता ना मैं सच्ची उहदे नाल सच्ची बहुत पसंद आया यार मैनू, मैं उहदे नाल गल करनी आ, चल आ जा। कॉल करती हूँ मैं। हेलो। हेलो हाँ जी कौन बोल रहा? सीता बोल रही थी मैं। अच्छा अच्छा सीता। हाँ जी और कैसे हो? मैं बढ़िया तुसी दसो? मैं भी ठीक हाँ। पर यार सीता दी आवाज़ तो लग नहीं रही, इन्हां दा जिवें प्रीति बोली जाती होंगी। नहीं नहीं तुसी भी भुलेखा खा गए ना, सबनों ऐदा ही लगता साढ़ी दोवें भैन की आवाज ना इको जी आ। अच्छा पर फोन से ना सच्ची एवं लग रही जिवें प्रीति बोल रही है? नहीं नहीं थोनों ऐदा ही लग रहा। यार मैं ना सच्ची थोनों बहुत मिस किया, पहले तो मैं मैनू प्रीति नूं कहिंदा रहा है ना मैं कह करके मेरी गल करवा दे, ते उस तों बाद ना तुसी फोन किया ते ना तुसी यार कितें दिखे, ना तुसी मतलब शॉप ते आए, किधर बिजी रहिंदे हो? ਉਹ ਨਾ ਬਸ ਚਾਰ ਦਿਨਾਂ ਤੋਂ ਮੈਂ ਬੁਟੀਕ 'ਤੇ ਜਾ ਨਹੀਂ ਰਹੀ ਸੀਗੀ, ਉਹਨਾਂ ਬੁਟੀਕ ਵਾਲੀ ਦੇ ਮੈਂ ਪੈਸੇ ਦੇਣੇ ਆ, ਇਸ ਕਰਕੇ ਨਾ ਮੈਂ ਬੁਟੀਕ 'ਤੇ ਨਹੀਂ ਜਾ ਰਹੀ ਚਾਰ ਪੰਜ ਦਿਨਾਂ ਤੋਂ। ਮਤਲਬ ਕਿੰਨੇ ਕੁ ਪੈਸੇ ਦੇਣੇ, ਕੀ ਪ੍ਰੋਬਲਮ ਹੋ ਗਈ? 12-13 ਹਜ਼ਾਰ ਰੁਪਇਆ ਦੇਣਾ ਆ ਅਤੇ ਡੈਡੀ ਦੇਣਾ, ਹਾਲੇ ਡੈਡੀ ਵੀ ਨਹੀਂ ਪੈਸੇ ਦੇ ਰਹੇ ਮੈਨੂੰ। ਅੱਛਾ ਅਤੇ ਚੱਲ ਫਿਰ ਆਪਾਂ ਇੱਕ ਕੰਮ ਕਰੀਏ। ਹਾਂਜੀ ਨਾਲ ਤਾਂ ਆਪਾਂ ਕੱਲ੍ਹ ਮਿਲ ਲੈਂਦੇ ਹਾਂ, ਮੈਂ ਤਾਂ ਤੁਹਾਨੂੰ ਮੈਂ ਮਿਲ ਲੂੰਗਾ ਅਤੇ ਨਾਲੇ ਯਾਰ ਜਿੰਨੇ ਤੁਹਾਨੂੰ ਪੈਸੇ ਦੀ ਲੋੜ ਹੋਈ ਨਾ ਤੁਸੀਂ ਮੇਰੇ ਤੋਂ ਲੈ ਜਾਓ, ਕੋਈ ਚੱਕਰ ਵਾਲੀ ਗੱਲ ਨਹੀਂ। ਹਾਂਜੀ ਪੱਕਾ? ਹਾਂਜੀ ਹਾਂਜੀ ਪੱਕਾ। ਠੀਕ ਹੈ ਫਿਰ ਕੱਲ੍ਹ ਆਪਾਂ ਸੁਬਹਾ ਮਿਲਦੇ ਹਾਂ ਪਾਰਕ ਦੇ ਵਿੱਚ। ਠੀਕ ਓਕੇ ਠੀਕ ਹੈ, ਨਾਲੇ ਫੋਨ ਫੋਨ ਕਰ ਲਿਆ ਕਰੋ ਯਾਰ। ਹਾਂਜੀ ਹਾਂਜੀ ਕੋਈ ਗੱਲ ਨਹੀਂ। ਓਕੇ ਠੀਕ ਹੈ ਚਲੋ। ਇਹ ਤਾਂ ਸੱਚੀ ਬਹੁਤ ਵਧੀਆ ਮੁਰਗੀ ਆ, ਜਦੋਂ ਮਰਜ਼ੀ ਪੈਸੇ ਲਓ।
ਕਿੰਨਾ ਟਾਈਮ ਹੋ ਗਿਆ ਯਾਰ, ਹਜੇ ਤੱਕ ਨਹੀਂ ਆਈ। ਪਤਾ ਨਹੀਂ ਹੋਰ ਕਿੰਨੀ ਕੁ ਵੇਟ ਕਰਨੀ ਪਊਗੀ। ਚੱਲ ਕੋਈ ਨਾ। ਸੀਤਾ ਆ ਗਈ ਤੂੰ? ਪ੍ਰੀਤੀ ਤੂੰ? ਸੀਤਾ ਕਿੱਥੇ ਆ? ਉਹਨਾਂ ਦੀਦੀ ਨੂੰ ਥੋੜ੍ਹਾ ਜਿਹਾ ਕੰਮ ਪੈ ਗਿਆ ਅਤੇ ਉਹਨਾਂ ਨੇ ਕਿਹਾ ਕਿ ਤੂੰ ਚੱਲ ਜਾ, ਹੈਪੀ ਵੇਟ ਕਰਦਾ ਹੁਣ। ਪਰ ਯਾਰ ਮੇਰੀ ਤਾਂ ਕੱਲ੍ਹ ਸੀਤਾ ਨਾਲ ਗੱਲ ਹੋਈ ਆ, ਉਹ ਕਹਿੰਦੀ ਮੈਂ ਆਪ ਆਊਂਗੀ। ਇੱਕ ਤਾਂ ਉਹਨੇ ਫੋਨ ਇੰਨੀ ਲੇਟ ਕੀਤਾ ਹੈ ਨਾ, ਅਤੇ ਉੱਤੋਂ ਹੁਣ ਯਾਰ ਤੈਨੂੰ ਭੇਜਤਾ। ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਆ, ਉਹਨਾਂ ਨੇ ਕਿਹਾ ਕਿ ਤੁਹਾਡੇ ਤੋਂ ਕੋਈ ਕੰਮ ਸੀ ਉਹਨਾਂ ਨੂੰ, ਤਾਂ ਹੀ ਉਹ ਮੈਨੂੰ ਭੇਜਿਆ, ਨਹੀਂ ਤਾਂ ਉਹਨਾਂ ਨੇ ਆਉਣਾ ਸੀ। ਹੁਣ ਆਉਂਦੀ ਨਹੀਂ ਉਹ? ਆਉਣਗੇ ਨਾ, ਕੱਲ੍ਹ ਨੂੰ ਆ ਜਾਣਗੇ, ਅੱਜ ਜ਼ਰੂਰੀ ਕੰਮ ਸੀ ਉਹਨਾਂ ਨੂੰ। ਚੱਲ ਠੀਕ ਆ ਯਾਰ। ਹਾਂ ਥੋੜ੍ਹਾ ਜਿਹਾ ਉਹਨੇ ਕਿਹਾ ਸੀ ਮੈਨੂੰ ਪੈਸਿਆਂ ਦੀ ਜ਼ਰੂਰਤ ਸੀ ਉਹਨੂੰ। ਹਲ ਫੜਾ ਦੀ ਠੀਕ ਆ ਉਹਨੂੰ। ਹਾਂਜੀ ਬਾਕੀ ਉਹਨੂੰ ਇਹ ਕਹਿ ਦੀ ਵੀ ਜੇ ਹੋਰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੋਈ ਨਾ ਤਾਂ ਜਦੋਂ ਮਰਜ਼ੀ ਕਹਿ ਦੇਵੇ ਮੈਨੂੰ। ਠੀਕ ਹੈ, ਵੈਸੇ ਠੀਕ ਆ ਉਹ? ਹਾਂਜੀ ਹਾਂਜੀ ਠੀਕ ਹੈ, ਓਕੇ। ਚਲੋ ਯਾਰ ਕੀ ਹੋ ਗਿਆ ਤੈਨੂੰ? ਬਾਈ ਬਣ ਕੇ ਸੁਨਾਮ ਤੱਕ ਲੈ ਜਾ ਮੈਨੂੰ ਯਾਰ। ਵੀਰੇ ਮੈਂ ਤਾਂ ਸੁਨਾਮ ਜਾਂਦਾ ਨਹੀਂ ਯਾਰ, ਮੈਂ ਤਾਂ ਹੋਰ ਸਾਈਡ ਜਾਣਾ। ਛੱਡਦੀ ਵੀ ਜਿੱਥੇ ਵੀ ਰਸਤੇ ਜਿੱਥੇ ਵੀ ਜਾਏਗਾ ਯਾਰ। ਉਹ ਤੈਨੂੰ ਕੰਮ ਕੀ ਆ? ਤੂੰ ਕੰਮ ਦੱਸ। ਕੰਮ ਹੈ ਬਾਈ ਸ਼ਹਿਰ ਜਾਣਾ ਯਾਰ ਬਸ। ਐਂ ਜਗ੍ਹਾ ਤੂੰ ਕਰੀਏ ਨਾ ਤੂੰ। ਬਾਈ ਸਮਝਿਆ ਕਰ ਯਾਰ, ਮੈਨੂੰ ਪੈਸੇ ਦੀ ਲੋੜ ਆ ਯਾਰ, ਮੈਂ ਫੋਨ ਵੇਚ ਕੇ ਆਉਣਾ ਉੱਥੇ। ਫੋਨ ਵੇਚ ਕੇ ਆਉਣਾ? ਹਾਂ। ਕਿਸੇ ਦਾ ਚੱਕ ਕੇ ਲੈ ਕੇ ਆਇਆ ਕਿ ਚੋਰੀ ਕਰਕੇ ਲੈ ਕੇ ਆਇਆ? ਬਾਈ ਚੋਰ ਚੋਰ ਨਹੀਂ ਹੈਗਾ ਮੈਂ। ਫਿਰ ਤਾਂ ਮੇਰੇ ਤਾਏ ਦੇ ਕੁੜੀਆਂ ਦਾ ਫੋਨ ਹੈ। ਉਹ ਲਾਣਤਾ ਵਾ ਤੇਰੇ 'ਤੇ, ਪਤੰਦਰਾ ਆਪਣੇ ਭੈਣਾਂ ਦੀ ਫੋਨ ਚੱਕ ਲੈ ਕੇ ਆਇਆ ਨਾ, ਇਹੋ ਜਿਹੀ ਕੀ ਲੋੜ ਪੈ ਗਈ ਤੈਨੂੰ ਫੋਨ ਚੱਕਣ ਦੀ? ਬਾਈ ਸਰਦਾ ਨਹੀਂ ਯਾਰ, ਮੈਂ ਨਸ਼ਾ ਕਰਨਾ ਸੀ ਹੈ ਨਾ। ਤੇਰੇ ਤਾਏ ਦੀਆਂ ਕੁੜੀਆਂ ਸੀ ਤਾਂ ਹੀ ਫੋਨ ਚੱਕ ਲਿਆ ਹੈ ਨਾ। ਜੇ ਸਕੀਆਂ ਭੈਣਾਂ ਹੁੰਦੀਆਂ ਫਿਰ ਨਹੀਂ ਚੱਕਦਾ ਸੀ ਤੂੰ, ਸਕੀਆਂ ਭੈਣਾਂ ਹੁੰਦਾ ਕੁਛ ਕਮਾ ਕੇ ਦਿੰਦਾ। ਨਾਲੇ ਭੈਣਾਂ ਤਾਂ ਭੈਣੀ ਹੁੰਦੀਆਂ ਨੇ, ਚਾਹੇ ਤਾਏ ਦੀਆਂ ਹੋਣ ਚਾਹੇ ਸਕੀਆਂ। ਉਹ ਲਾਣ ਤਾਂ ਤੇਰੇ ਵਰਗਿਆਂ 'ਤੇ ਬਾਈ। ਕੀ ਬਾਈ ਕਿਵੇਂ ਸਮਝਾਵਾਂ ਤੈਨੂੰ ਯਾਰ, ਛੱਡ ਦੇ ਮਾਫ਼ ਕਰ ਦੇ ਬਾਈ। ਮੇਰੀ ਸੁਣ ਗੱਲ, ਉਹ ਜਵਾਨ ਹੈਗਾ ਤੂੰ, ਜੇ ਨਸ਼ੇ 'ਚ ਪੈ ਕੇ ਮਰ ਜਾਏਗਾ ਪਤੰਦਰ ਤੇਰੀ ਉਮਰ ਕਿੰਨੀ ਕੁ ਰਹਿ ਜੂਗੀ ਇਦੂ ਬਾਅਦ? ਮਾੜਾ ਮੋਟਾ ਸੋਚ, ਮਾਂ ਪਿਓ ਬਾਰੇ ਸੋਚ, ਉਹਨਾਂ ਨੂੰ ਕੁਛ ਕਮਾ ਕੇ ਦੇ, ਨਾ ਕਿ ਉਹਨਾਂ ਦਾ ਚੱਕ ਕੇ ਖਾ, ਉਹਨਾਂ ਦਾ ਖੋ ਕੇ ਖਾ। ਮਾੜਾ ਮੋਟਾ ਦਿਮਾਗ ਤੋਂ ਕੰਮ ਲਈਦਾ ਹੁੰਦਾ ਇਸ ਉਮਰ ਦੇ ਵਿੱਚ ਲੱਗ ਜਾਂਦੇ ਨਸ਼ੇ ਕਰਨ। ਤੂੰ ਐਂ ਕਰ, ਆਹ ਫੋਨ ਵੀ ਰੱਖ ਲਾ, ਹਾਂ ਲੈ 2000 ਰੁਪਇਆ, ਪਰ ਇਹਨਾਂ ਦਾ ਨਸ਼ਾ ਨਹੀਂ ਕਰਨਾ, ਠੀਕ ਆ? ਕੁਛ ਖਾ ਲਈ ਅਤੇ ਘਰ ਲੈ ਜੀ, ਨਾਲੇ ਜਿਹਦਾ ਫੋਨ ਚੱਕ ਕੇ ਲੈ ਕੇ ਆਇਆ ਨਾ ਉਹ ਤਾਂ ਮਾਫ਼ੀ ਵੀ ਮੰਗ ਲਈ। ਠੀਕ ਹੈ ਬਾਈ, ਮੈਂ ਤੇਰੀ ਸਾਰੀ ਗੱਲ ਸਮਝ ਗਿਆ, ਅੱਜ ਤੋਂ ਬਾਅਦ ਨਹੀਂ ਇਹੋ ਜਿਹੀ ਗਲਤੀ ਕਰਦਾ ਮੈਂ। ਚੱਲ ਤੇਰੀ ਜ਼ਿੰਦਗੀ ਆ, ਤੇਰੀ ਜ਼ਿੰਦਗੀ ਸਬਰ ਜੂਗੀ ਜੇ ਨਸ਼ਾ ਨਹੀਂ ਕਰੇਗਾ ਤਾਂ। ਠੀਕ ਹੈ ਬਾਈ। ਹਾਂ ਯਾਰ, ਤੇਰੀ ਸਿਸਟਰ ਨੇ ਮੈਨੂੰ ਫੋਨ ਵੀ ਨਹੀਂ ਕੀਤਾ, ਕੀ ਗੱਲ ਹੋ ਗਈ? ਗੁੱਸੇ ਮੇਰੇ ਨਾਲ? ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਆ, ਬਸ ਉਹ ਨਾ ਮੇਰਾ ਭਰਾ ਆਇਆ ਇੱਕ ਨਸ਼ੇੜੀ ਜਿਹਾ ਅਤੇ ਉਹਨਾਂ ਸਾਡਾ ਫੋਨ ਲੈ ਲਿਆ। ਅੱਛਾ ਇੱਕ ਤੇ ਕੁੜੀ ਕੋਈ ਕੰਮ ਨਹੀਂ ਕਰਦੀ, ਕੰਮ ਕਰਕੇ ਰਾਜ਼ੀ ਨਹੀਂ ਹੈ, ਸਾਰਾ ਖਲਾਰਾ ਪਾਈ ਰੱਖਦੇ ਕਿ ਫੋਨ ਪਰਸ ਸਾਰਾ ਕੁਛ ਐਂ, ਕਿਤਾਬਾਂ ਤੱਕ ਨਹੀਂ ਸਾਂਭਦੀ। ਵੈਸੇ ਪ੍ਰੀਤੀ ਦੀ ਡਾਇਰੀ 'ਚੋਂ ਪ੍ਰੀਤੀ ਪ੍ਰੀਤ। ਹਾਂਜੀ ਦੀਦੀ, ਕਿਉਂ ਇੰਨੇ ਉੱਚੀ ਉੱਚੀ ਬੋਲੀ ਜਾਂਦੇ ਹੋ? ਪਹਿਲਾਂ ਮੈਨੂੰ ਇਹ ਦੱਸ, ਇੰਨੇ ਪੈਸੇ ਤੇਰੇ ਡਾਇਰੀ 'ਚੋਂ ਕੀ ਕਰ ਰਿਹਾ? ਉਹ ਨਾ ਦੀਦੀ, ਇਹ ਨਾ ਮੇਰੀ ਫਰੈਂਡ ਦੀ ਫੀਸ ਸੀਗੀ ਅਤੇ ਉਹਨੇ ਮੈਨੂੰ ਫੜਾਤੀ ਸੀਗੀ। ਕਿਉਂ ਆਪਣੇ ਕੋਲ ਕਿਉਂ ਨਹੀਂ ਰੱਖ ਸਕਦੀ ਸੀ? ਉਹ ਨਾ ਉਹਨੇ ਛੇਤੀ ਜਾਣਾ ਸੀ, ਉਹ ਕਹਿੰਦੀ ਮੇਰੀ ਫੀਸ ਤੂੰ ਫੜਾ ਦੀ ਅਤੇ ਕੱਲ੍ਹ ਸਰ ਹੀ ਨਹੀਂ ਆਏ, ਤਾਂ ਹੀ ਉਹ ਕਰਕੇ ਮੇਰੇ ਡਾਇਰੀ 'ਚ ਪਏ ਆ। ਮੇਰੀ ਗੱਲ ਸੁਣ, ਇੰਨੀ ਜ਼ਿੰਮੇਵਾਰੀ ਚੱਕਣ ਦੀ ਲੋੜ ਨਹੀਂ, ਉਹਦੇ ਪੈਸੇ ਆ ਅੱਜ ਹੀ ਉਹਨੂੰ ਮੁੜ ਕੇ ਆ। ਹਾਂਜੀ ਕੋਈ ਗੱਲ ਨਹੀਂ। ਆ ਗੱਡੀ ਕਿਹੜਾ ਖੜਾ ਗਿਆ ਬਾਹਰ 'ਚ ਯਾਰ, ਇੱਕ ਤਾਂ ਲੋਕ ਆਈ ਨਹੀਂ ਦੇਖਦੇ ਵੀ ਦੁਕਾਨ ਵੀ ਖੋਲ੍ਹਣੀ ਹੁੰਦੀ ਹੈ ਕਿਸੇ ਨੇ। ਉਹ ਹਾਂ ਬਈ, ਤੂੰ ਦੁਕਾਨ 'ਤੇ ਹੀ ਪਹੁੰਚ ਗਿਆ ਕਿ ਅੱਜ ਵੀ ਪੈਸੇ ਮੰਗਣ ਆਇਆ? ਨਾ ਨਾ ਬਈ, ਪੈਸੇ ਮੰਗਣ ਨਹੀਂ ਆਇਆ, ਮੈਂ ਤੁਹਾਡਾ ਧੰਨਵਾਦ ਕਰਨ ਆਇਆ ਬਈ। ਕਿਹੜੀ ਗੱਲੋਂ? ਬਈ ਉਸ ਦਿਨ ਤੁਸੀਂ ਉਹਨੇ ਸਮਝਾਇਆ ਨਾ, ਤੁਹਾਡੀਆਂ ਗੱਲਾਂ ਮੇਰੇ ਦਿਲ 'ਤੇ ਲੱਗੀਆਂ। ਸੱਚੀ ਯਾਰ, ਭੈਣਾਂ ਤਾਂ ਭੈਣਾਂ ਹੀ ਹੁੰਦੀਆਂ ਨੇ, ਛੇ ਤਾਏ ਦੀਆਂ ਹੁਣ ਛੇ ਸਕੀਆਂ ਹੁਣ, ਮੈਂ ਬਈ ਨਸ਼ੇ ਛੱਡ ਦੇ ਅਤੇ ਆਪਣੇ ਭੈਣਾਂ ਤੋਂ ਮਾਫ਼ੀ ਮੰਗ ਲਈ, ਫਿਰ ਉਹ ਵੀ ਮੈਂ ਕੰਮ ਵੀ ਕਰਨ ਲੱਗਿਆ। ਉਹ ਵੈਰੀ ਗੁੱਡ ਯਾਰ, ਇਹ ਤਾਂ ਬਹੁਤ ਚੰਗਾ ਕੰਮ ਕੀਤਾ ਤੂੰ। ਚੱਲ ਸ਼ੁਕਰ ਆ ਤੈਨੂੰ ਸਮੇਂ ਦੇ ਨਾਲ ਪਤਾ ਲੱਗ ਗਿਆ, ਇਹ ਚੀਜ਼ਾਂ ਸੱਚੀ ਆਪਣੇ ਲਈ ਬਹੁਤ ਮਾੜੀਆਂ ਨੇ। ਬਾਈ ਮੈਂ ਤੇਰੇ ਲਈ ਗੱਲ ਹੋਰ ਵੀ ਕਰਨਾ ਆਇਆ। ਦੱਸ।
मेरा ताया ना मेरी वड्डी भैन वास्ते मुंडा देखता फिरता। अच्छा तो मैं नहीं लगता मेरी भैन तेरे तो चंगा कोई मुंडा मिलेगा। मैं अभी ताया गल करके देखा थोड़े बारे। यार जो तू मेरे कहे तो नशे छड़ सकता ना तो मैं भी नहीं तेरी गल मोड़ सकता। जो मैं तेन सही लगता तू कर दी। ठीक है भाई मेहरबानी। कोई चक्कर वाली गल नहीं। ख्याल रखी ठीक है अपना। तो अगे तो माड़ी संगत च नहीं जाना। ना ना जमे नहीं हूँ तो मैं जमा सुधर गया यार। हाँ बाकी जो किसी चीज़ की लड़ होंगी जो कोई कम होता तो जो मर्जी मैंने याद कर ली। ठीक है भाई। हाँ ठीक है फिर मरता गया। ओके ओके पानी पुनी पी जाता। ना ना ओके भाई ठीक है चल दुकान खोलना। ताया ताया की हो गया तेनों अच्छा बड़ा ताया ताया याद कर रहा कि मैं ताया ठीक है तू। मैं तो ठीक है तू ठीक है जमा ठीक है ताया तेनों गल दसनी है। दस की गल दसनी तेरे तेरे पुत्र ने नशे छड़ते सारे। नशे छड़ते? हाँ ताया सच कह रहे पुत्र? जमी सच कह रहा। ओ शाबाश पुत्र तू छड़ के देता है तू तो मेरी गल नहीं मननी हैगी। ताया वही गल करना पहला हो गई जड़ी गलतियां होनी सी पर मैंने एक बंदा मिला सी बड़ा भला मन सी ओदी गल ना दिल ते बहुत लगी है मेरे। ओ सच्चे पातशाह बस हुण तां मन ही नहीं करदा कोई माड़ा काम करन जी नहीं करदा मेरा हुण। अच्छा चंगी गल है पुत्र ता ते मैं कम भी देख लता है हुण कम ते जाया करूंगा मैं। चल वधिया पुत्र। हां ताया एक गल होर करनी तेरे नाल। दस पुत्र तू भी मुंडा देखता फिर अपनी वड्डी भैन वास्ते। हाँ हाँ मैं सोचता भी वो मुंडा बड़ा प्यारा है बहुत सियाना मुंडा है अपना काम कर रहा है फतेहगढ़ी फोटोग्राफर की दुकान है। अच्छा मैं चाहना भी आप अपनी कुड़ी का रिश्ता कर दें। पुत्र कि फोटोग्राफर कह रहा तू? फताया बहुत चंगा मुंडा है ओदिया गल् सुन के नशे छड़ने मैं अपने फतेहगढ़ अड्डे दुकान है दुकान इन्नी क चलती है अपनी कुड़ी राज करूगी उत्थे। पुत जब तू गल सुन के नशे छड़ सकता तो मुंडा तो सियाना ही होना है। चल जे तू कहना आप देख लें बाकी गल है। हाँ हाँ ले चल देख दे मेरा आप। ठीक है ठीक है ठीक है ताया सर शुक्र नशे तो छे ने की हो प्रिया तू खुश नहीं है? नहीं दीदी हम तो फोटोग्राफर नाल ब्याह करवाऊंगे। ले ता की हो गया इतना चंगा तो मुंडा है तू देखिया तो है। ले मैं आपकी सहेलियों की कहूंगी कि मेरा जीजा फोटोग्राफर है। ता की हो गया देखी तेरा जीजा तेरी फोटो भी सोहनिया सोहनिया खिंच दिया करूगा वह भी फ्री च। दीदी हसन वाली गल नहीं है तुम इन्ने तो सोने हो नाले थोनों तो कोई सरकारी नौकरी वाला मुंडा ही मिल जूगा। देख मेरी गल सुन भैने जिदा का तेनू मुंडा चाहिए ना तू अपने हिसाब नाल देख ली मैं तो डैडी जिथे कहेंगे ना मैं तो खुश हाँ नाले वीरा खुद रिश्ता लैके आया है। चल तू अपना मन बना लै तू कहू इन्नी टेंशन ली हुई है तुम मना कर दो ना। क्यों की गल होगी एना ना तू सोच कोई गल नहीं मैं डैडी मिल के आ लें। चोरी चोरी रिश्ते दी गल भी होगी। यार मैं कोई गल नहीं की मेरे को संजय आया सी सुबह वो कह के गया सी मैनू। हाँ जी उन्होंने ना मेरे डैडी ने गल की है रिश्ते लिए तो शायद तो डैडी मन भी गए। अच्छा यार ये तो बहुत वधिया होया फिर तो सीता मन गई थोनू लगता वो नहीं मनणगे वो तो पूरी खुश हो पी है तो उन्हें ना खुशी तेरे लिए खीर भी भेजी है। ला देख ला यार किन्ना कर दी मेरा है ना आप तो कदम मिलने नहीं आई तो खीर भेजती मेरे वास्ते पर यार साढ़े से जो भी होया ना प्रीति सारा कुछ तेरे करके ही होया मैं किमें थैंक यू करा यार तेरा। ले थैंक यू वाली की गल तो किस्मत सी। चल फिर हूँ ऐ कर दें आप दोनों ने मूँह मिठा कर दें प्लीज़ तू भी खा के जाइ यार मेरे को भांडे पीने मैं करदा। नहीं नहीं मैं चलती हाँ जी वीरा तो बापू आ गए ना करे उन्होंने तो मैं घरों ही कर देना नाले तुसी खीर खा लो। चल ठीक है प्रीति। ताया डैडी तो अंदर ने की गल होगी बुला मड़ा है भाई
ਕੀ ਗੱਲ ਹੋ ਗਈ ਪੁੱਤਾ ਬਈ ਤੁਸੀਂ ਇੱਥੇ ਕਿਵੇਂ ਤਾਇਆ ਆ ਤਾਂ ਉਹੀ ਮੁੰਡਾ ਜਿਹੜਾ ਆਪਣੇ ਆਪਣੀ ਭੈਣ ਵਾਸਤੇ ਦੇਖਿਆ ਸੀ ਅੱਛਾ 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 ਕਿੱਦਾਂ ਪੁੱਤਾ ਅਚਾਨਕ ਆਣਾ ਹੋਇਆ ਜੇ ਇੱਥੇ ਨਾ ਆਉਂਦਾ ਨਾ ਤਾਂ ਹੁਣ ਥੋੜਾ ਸਾਰਾ ਟੱਬਰ ਨਾ ਥਾਣੇ ਹੋਣਾ ਸੀਗਾ ਕੀ ਆ ਕੀ ਕਹਿ ਰਹੇ ਤੂੰ ਕੀ ਗੱਲ ਹੋ ਗਈ ਹੈ ਜੀ ਕੁੜੀਏ ਹੁਣ ਕਿਉਂ ਇਸ਼ਾਰੇ ਕਰਦੀ ਹੈ ਵੀ ਨਾ ਬੋਲਾਂ ਮੈਂ ਕੁਝ ਤਾਇਆ ਆਪਣੀ ਕੁੜੀ ਨੇ ਨਾ ਆ ਮੁੰਡੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਅੱਜ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਜੋ ਵੀ ਕਹਿਣਾ ਸੱਚ ਕਹਿਣਾ ਕੁੜੀਏ ਮੇਰੀ ਭੈਣ ਇੱਦਾਂ ਨਹੀਂ ਕਰ ਸਕਦੀ ਕਿਉਂ ਹੈਪੀ ਦੱਸ ਕੋਈ ਗੱਲ ਨਹੀਂ ਬਾਈ ਬਾਈ ਸੱਚ ਕਹਿ ਰਹੇ ਨੇ ਪ੍ਰੀਤੀ ਅੱਜ ਮੈਨੂੰ ਸਟੂਡੀਓ 'ਚ ਖੀਰ ਦੇਣ ਆਈ ਸੀ ਅਤੇ ਉਹਦੇ ਵਿੱਚ ਜ਼ਹਿਰ ਪਾ ਕੇ ਲੈ ਕੇ ਆਈ ਸੀ ਪਰ ਪੁੱਤ ਹੈਪੀ ਉਹਦਾ ਜ਼ਹਿਰ ਤੈਨੂੰ ਕਿਉਂ ਦੋ ਗਿਆ ਰਾ ਬਾਈ ਆ ਗਿਆ ਮੌਕੇ 'ਤੇ ਮੈਨੂੰ ਬਚਾ ਲਿਆ ਪ੍ਰੀਤ ਇਹ ਕੀ ਬੋਲਦੇ ਪਏ ਹੈ ਸੱਚ ਬੋਲ ਨਹੀਂ ਮੈਂ ਕੁਛ ਨਹੀਂ ਕੀਤਾ ਕੁੜੀਏ ਗੱਲ ਸੁਣ ਲੈ ਸਹੀ ਸਹੀ ਦੱਸ ਦੇ ਕੀ ਗੱਲ ਹੋਈ ਹੈ ਨਹੀਂ ਜਾਂ ਤਾਂ ਤੁਹਾਨੂੰ ਪੰਚਾਇਤ 'ਚ ਲੈ ਕੇ ਚੱਲਾਂਗੇ ਨਹੀਂ ਥਾਣੇ ਰਿਪੋਰਟ ਦਵਾਉਂਗਾ ਮੈਂ ਇਹਦੇ ਨਾਲ ਜਾ ਕੇ ਮੈਂ ਪੁੱਤਾ ਪੁੱਤ ਸੱਚ ਤਾਂ ਦੱਸ ਕੀ ਗੱਲ ਹੋਈ ਆ ਸੱਚ ਦੱਸ ਦੇ ਕੁੜੀਏ ਰੋ ਕਿਉਂ ਰਹੀ ਹੈ ਸੱਚ ਬੋਲ ਤੂੰ ਦੱਸ ਤਾਂ ਸਹੀ ਮੈਂ ਸਮਝੂੰਗੀ ਦੱਸ ਕੀ ਗੱਲ ਹੋਈ ਹਾਂ ਦੀਦੀ ਮੈਂ ਗਈ ਸੀਗੀ ਖੀਰ ਲੈ ਕੇ ਅਤੇ ਵਿੱਚ ਦਵਾਈ ਵੀ ਨਾ ਮੈਂ ਹੀ ਪਾਈ ਸੀਗੀ ਤੂੰ ਕੀ ਬੋਲ ਰਹੀ ਹੈ ਤੇਰਾ ਦਿਮਾਗ ਖਰਾਬ ਹੈ ਤੂੰ ਤੈਨੂੰ ਪਤਾ ਕੌਣ ਹੈ ਇਹਨਾਂ ਨਾਲ ਮੇਰਾ ਵਿਆਹ ਹੋਣ ਵਾਲਾ ਤੂੰ ਕਿਸ ਚੀਜ਼ ਦਾ ਬਦਲਾ ਲੈ ਰਹੀ ਹੈ ਮੇਰੇ ਤੋਂ ਨਹੀਂ ਦੀਦੀ ਮੈਂ ਤੁਹਾਡੇ ਨਾਲ ਕੋਈ ਬਦਲਾ ਨਹੀਂ ਲੈ ਰਹੀ ਅਤੇ ਨਾ ਹੀ ਕੋਈ ਹੈਪੀ ਨਾਲ ਬਦਲਾ ਲੈ ਰਹੀ ਹਾਂ ਬਸ ਹੈਪੀ ਨਾ ਤੁਹਾਨੂੰ ਪਸੰਦ ਕਰਦਾ ਸੀਗਾ ਅਤੇ ਮੈਂ ਨਾ ਉਹਦੇ ਕੋਲ ਸਟੂਡੀਓ 'ਚ ਵੀ ਗਈ ਸੀਗੀ ਅਤੇ ਤੁਹਾਡਾ ਨਾਮ ਲੈ ਕੇ ਨਾ ਮੈਂ ਉਹਦੇ ਨਾਲ ਗੱਲ ਵੀ ਕਰਦੀ ਸੀ ਅਤੇ ਤੁਹਾਡਾ ਨਾਮ ਲੈ ਕੇ ਨਾ ਮੈਂ ਉਹਦੇ ਤੋਂ ਬਹੁਤ ਵਾਰੀ ਪੈਸੇ ਵੀ ਲੈ ਚੁੱਕੀ ਹਾਂ ਅਤੇ ਜਦੋਂ ਰਿਸ਼ਤੇ ਦੀ ਗੱਲ ਚੱਲੀ ਨਾ ਤਾਂ ਮੈਨੂੰ ਡਰ ਲੱਗਿਆ ਕਿ ਜੇ ਗੱਲ ਮੂਹਰੇ ਆ ਗਈ ਨਾ ਤੈਨੂੰ ਅਹਿਸਾਸ ਹੈ ਤੂੰ ਕਰਨ ਕੀ ਜਾ ਰਹੀ ਸੀ ਤੂੰ ਇੱਕ ਇਨਸਾਨ ਦੀ ਜਾਨ ਲੈਣ ਜਾ ਰਹੀ ਸੀ ਤੂੰ ਮੇਰੇ ਨਾਲ ਇੱਕ ਵਾਰ ਗਲਤ ਤਾਂ ਕਰਦੀ ਪਰ ਦੀਦੀ ਜੇ ਮੈਂ ਤੁਹਾਨੂੰ ਦੱਸ ਦਿੰਦੀ ਜਾਂ ਬਾਪੂ ਜੀ ਨੂੰ ਦੱਸ ਦਿੰਦੀ ਤੁਸੀਂ ਤਾਂ ਮੈਨੂੰ ਜਾਨੋਂ ਹੀ ਮਾਰ ਦੇਣਾ ਸੀ ਹੁਣ ਕਿਹੜਾ ਤੂੰ ਬਚੇਂਗੀ ਹੁਣ ਵੀ ਤੈਨੂੰ ਜਾਨੋਂ ਹੀ ਮਾਰੂੰਗਾ ਮੈਂ ਕੋਈ ਨਹੀਂ ਉਹ ਬੱਚੀ ਆ ਸ਼ਰਮ ਆਈ ਤੈਨੂੰ ਜਵਾਬ ਵੀ ਉਹਦੇ ਤੋਂ ਗਲਤੀ ਹੋ ਗਈ ਤੇ ਉਹਨੂੰ ਮਾਫ ਕਰਨਾ ਆਪਣਾ ਫਰਜ਼ ਬਣਦਾ ਪਲੀਜ਼ ਆਪਾਂ ਨੂੰ ਸਮਝਾ ਦਾਂਗੇ ਉਹਦੇ ਗੱਲਾਂ ਦੀ ਪਤਾ ਲੱਗ ਰਿਹਾ ਵੀ ਉਹ ਬੱਚੀ ਆ ਇਹਦਾ ਪੁੱਤ ਤੂੰ ਸਿਆਣਾ ਜਿਹੜਾ ਇਹ ਗੱਲਾਂ ਕਰਦਾ ਹੈ ਮੈਨੂੰ ਮਾਫ ਕਰ ਦੋ ਪਲੀਜ਼ ਪਲੀਜ਼ ਮੈਨੂੰ ਮਾਫ ਕਰ ਦੋ ਦੀਦੀ ਮੈਂ ਲਾਈਕ ਤੂੰ ਕੋਈ ਕੰਮ ਕੀਤਾ ਵੀ ਹੈ ਦੀਦੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਲੀਜ਼ ਪਲੀਜ਼ ਮੈਨੂੰ ਮਾਫ ਕਰ ਦੋ ਕੋਈ ਗੱਲ ਨਹੀਂ ਅੰਕਲ ਜੀ ਤੁਸੀਂ ਇਹਨੂੰ ਸਮਝਾ ਦਿਓ ਤੇ ਤੂੰ ਵੀ ਪ੍ਰੀਤ ਅੱਗੇ ਤੋਂ ਇਹੋ ਜਿਹੀ ਕੋਈ ਗਲਤੀ ਨਾ ਕਰੀ ਜਿਹਦੇ ਨਾਲ ਸਾਰਾ ਪਰਿਵਾਰ ਮੁਸੀਬਤ 'ਚ ਆ ਜਾਏ ਪਰ ਹੈਪੀ ਪੁੱਤ ਤੂੰ ਇਹਦੀ ਗਲਤੀ ਕਰਕੇ ਸੀਤਾ ਦੇ ਰਿਸ਼ਤੇ ਨੂੰ ਜਵਾਬ ਨਾ ਦੇ ਦੇ ਪੁੱਤ ਨਹੀਂ ਅੰਕਲ ਜੀ ਮੈਂ ਤਾਂ ਸਗੋਂ ਦੀ ਸੀਤਾ ਨੂੰ ਪਿਆਰ ਕਰਦਾ ਮੈਂ ਤੈਨੂੰ ਖੁਸ਼ੀ ਨਾਲ ਵਿਆਹ ਕੇ ਲੈ ਕੇ ਜਾਊਂਗਾ ਤਾਇਆ ਬੜੇ ਕਰਮ ਵਾਲੇ ਆਪਾਂ ਜਿਹਨਾਂ ਨੂੰ ਇਹੋ ਜਿਹਾ ਮੁੰਡਾ ਮਿਲਿਆ ਚੱਲ ਕੋਈ ਨਹੀਂ ਚੱਲੀਏ ਹੈਪੀ ਹੁਣ ਆਪਾਂ ਹਾਂਜੀ ਬਾਈ ਚਲੋ ਚਲੀਏ ਠੀਕ ਹੈ ਪੁੱਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ